स्वागत है किसान वीरों तुहाडा सदक डेयरी फार्मिंग दे विच। किसान वीरों अज जिहड़ी वीडियो बना रहे हैं पिंड पंज ग्राही खुरद, ये पिंड बाघा पुराणा तहसील तो मोगे जिले का, बाघे पुराने तो कोटकपुरे वाली सड़क के बिल्कुल उत्ते ये पिंड आउंदा है। हद आ दोस्तों कोटकपुरे वाले पास्यों फरीदकोट जिले की तो मोगे जिले की, पंज ग्राही कलां फरीदकोट जिले का पिंड, खुरद मोगे जिले का पिंड। जिहड़े घर चो वीडियो बना रहे हैं, बहुत वीडियो बनाई दियां, हफ्ते च दो दो वीडियो आम इस घर चो बन दियां, क्योंकि व्यापार का काम आ ते जर्सी गावां विक्री वालियां आउंदियां। तीन दोस्तों जर्सी अज दी वीडियो दे विच, दो सूईयां सवाईयां पहले दोवां नंबरां ते, तीजे नंबर ते ये गब्बण गां। सो आपां डिटेल पुछांगे, वीडियो नूं एंड तक देखियो, जिहनूं जिहड़ा पशु पसंद आजूगा तुहाडा हक आ वी तुसीं तसल्ली करो ते आपदी समझ नाल तुसीं पशु खरीदो। आओ जानकारी लईए पहले नंबर वाली जान तों। सति श्री अकाल जी, नाम दस्सो जी अपना। सुखचैन सिंह जी। अज तीन नाग दिखावांगे जी, जिहड़ी पहले नंबर ते जर्सी है, कनवा सूआ इह। तीजे दिन बोला जिहड़ा हो 15 किलो वांगू इहदे थल्ले अंदाजा भी हैगा, क्योंकि खरीदी अज ही है, सुबह चो के लई है, तो दुध जो शाम तक वैसे कन्फर्म हो जाना भी किन्ना कढ़ूगी। जिहड़ा वीर खरीदना चाहूगा वह चो के आप लै सकदा। ढांचा चंगा दोस्तों, हवाना भी सोहना दिखाउंदी है, थन जिहड़ा पसमा दे विच सोहना कढ़ूगी, दरम्याने जे कद काठदी है, बाकी उहदा तुसीं अंदाजा खुरलियां तों ढांचे दा जिहड़ा उह कद काठदा ला सकदे हुंदे आ। जिहनूं पसंद आवे दोस्तों, इह गां ताज़ी सूई भी जर्सी नसल, चंगा हवाना। ਇਹਦਾ ਵੱਛਾ ਜਿਹੜਾ ਡੱਬਾ ਦੱਸੋ, ਜਿਹਦੇ ਥੋੜ੍ਹੇ ਜਿਹੇ ਡੱਬਾ ਏ ਵੇ ਵੱਛਾ, ਇਹਦਾ ਨਾੜੂਆ ਨਾਲ ਆ ਵੱਛੇ ਦਾ। ਇਹ ਤੋਂ ਅੱਗੇ ਇੱਕ ਬਿਲਕੁਲ ਤਾਜ਼ੀ ਸੂਈ ਵੀ ਬੈਠ, ਇਹ ਕਿਨਮਾ ਸੂਆ ਸੂਪੀ ਪਹਿਲਾ ਸੂਆ ਜੀ ਦੋਂਦੀ ਆ, ਕੱਲ ਸੂਈ ਆ ਦੁਪਹਿਰੇ, ਕੱਲ ਦੁਪਹਿਰੇ ਸੂਈ, ਪਹਿਲਾ ਸੂਆ ਦੋ ਦੰਦ ਹੈ। ਹਾਂਜੀ ਦੋ ਦੰਦ, ਠੀਕ ਹੈ। ਰੇਟ ਇਹਦਾ ਵੀ ਫੋਨ 'ਤੇ ਰਹਿਣਾ? ਹਾਂਜੀ ਫੋਨ 'ਤੇ ਜੀ, ਠੀਕ ਹੈ, ਤੋਰੋ ਅੰਦਰ ਹੀ ਤੋਰ ਦਿਓ ਜੀ। ਸੋ ਦੋਸਤੋ ਪਹਿਲਾ ਸੂਆ ਦੋ ਦੰਦ ਵੱਛੀ ਹੈ, ਕੱਲ ਦੁਪਹਿਰ ਦੀ ਸੂਈ, ਪੁੜੇ ਹਜੇ ਨੀਵੇਂ ਵੇ ਆ, ਉਵੇਂ ਹੀ ਹੈ, ਨੀਵੇਂ ਦਿਸਣਗੇ, ਵੱਛਾ ਹੀ ਇਹਦੇ ਨਾਲ ਹੈ। ਇਹਦਾ ਦੂਜਾ ਸੂਆ, ਠੀਕ ਹੈ, ਬੋਲਾ ਇਹਨੇ ਵੀ ਚੰਗੇ ਤੋਂ ਸ਼ੁਰੂਆਤ ਕੀਤੀ ਹੈ, ਬਾਕੀ ਤੁਸੀਂ ਚੋ ਕੇ ਲੈ ਲੈਣਾ। ਚੰਗਾ ਢਾਂਚਾ ਦੱਸੋ, ਹੱਥੀਂ ਚਵਾਈ ਵਾਲਾ ਥਣ ਦਿਸਦਾ, ਸਾਇਜ ਥਣ ਦਾ ਸੋਹਣਾ, ਬਾਕੀ ਰੰਗ ਰੂਪ ਤੁਹਾਡੇ ਸਾਹਮਣੇ ਹੈ। ਇਹਦੇ ਨਾਲ ਬੱਚਾ ਜਿਹੜਾ ਇਹ ਹੈ, ਹਜੇ ਕੱਲ੍ਹ ਦੁਪਹਿਰ ਦੀ ਸੂਈ ਵੀ, ਛੋਟਾ ਜਿਹਾ ਬੱਚਾ ਤੁਹਾਨੂੰ ਦਿਸਦਾ ਹੋਣਾ, ਮੇਲ ਕਾਤ। ਤਿੰਨ ਨੰਬਰ 'ਤੇ ਗਾਂ ਚੰਗੇ ਥਣ ਹਵਾਨੇ ਦੀ ਹੈ, ਢਾਂਚਾ ਵੀ ਮਜ਼ਬੂਤ ਹੈ। ਜਿਹੜੀ ਤਿੰਨ ਨੰਬਰ ਵਾਲੀ ਜੀ, ਕਿਨਵਾਂ ਸੂਆ ਸੂਗੀ? ਇਹ ਦੂਜਾ ਸੂਆ ਸੂਗੀ। ਕਿੰਨੇ ਕੁ ਦਿਨ ਲੈ ਜੂਗੀ? ਇਹ ਲੈ ਜੂਗਾ ਜੀ 10 ਦਿਨ ਆਰਾਮ ਨਾਲ ਜੀ। ਤੁਰੋ। ਸੋ 10 ਦਿਨ ਹਜੇ ਦੱਸੋ ਇਹਨੇ ਲੈਣੇ ਹੈ ਸੂਣ ਦੇ ਵਿੱਚ। ਦੂਜਾ ਸੂਆ ਹੈ, ਹਵਾਨਾ ਚੰਗਾ ਬਣਾਊਗੀ, ਗਾਂਹ ਨੂੰ ਵੀ ਰੱਖੂਗੀ ਅਤੇ ਪਿਛਾਂਹ ਨੂੰ ਵੀ ਚੰਗਾ ਕੱਢੂ, ਉੱਧਰ ਨੂੰ ਫੇਰ ਤੁਰੇ। ਉਹ ਸਟਰਕਚਰ ਇਹਦਾ ਦੱਸੋ, ਨਿੱਗਰ ਹੈ, ਨਰੋਈ ਹੈ ਗਾਂ ਇਹ, ਹਜੇ 10 ਦਿਨਾਂ ਦੀ ਇਹ ਕੱਚੀ ਗਾਂ, ਹਵਾਨਾ ਸੋਹਣਾ ਬਣਾਉਂਦੀ ਆਉਂਦੀ ਹੈ। ਸੋ ਦੱਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਇਹ ਤਿੰਨ ਨਾਗ ਸੀਗੇ ਜਿਹੜੇ ਵਿਕਰੀ ਵਾਲੇ ਸੀ। ਇਹਦਾ ਪਹਿਲੇ ਸੀ ਮੇਰਾ 18 ਲੀਟਰ ਦਾ ਰਿਕਾਰਡ ਹੈ ਜੀ। ਠੀਕ ਹੈ, ਪਹਿਲਾਂ ਦਾ ਜੀ 18 ਕਿਲੋ ਦੁੱਧ, 18 ਲੀਟਰ ਦੁੱਧ ਬਾਈ ਜੀ ਹੋਰੀ ਦੱਸਦੇ ਵੀ ਇਹਨੇ ਦਿੱਤਾ। ਖਾਣ ਸੋਹਣੇ ਆ, ਗਾੜੀ ਚੰਗੀ ਸ਼ੁਰੂ ਕੀਤੀ ਹੈ ਦੱਸੋ। ਸੋ ਇਹ ਤਿੰਨ ਨੰਬਰ 'ਤੇ ਸੀ, ਇਹ ਤੋਂ ਬਿਨਾਂ ਦੋ ਗਾਵਾਂ ਜਿਹੜੀਆਂ ਬਿਲਕੁਲ ਤਾਜ਼ੀਆਂ ਸੂਈਆਂ ਤੁਸੀਂ ਦੇਖ ਰਹੇ ਹੋ। ਇਹਨਾਂ ਤੋਂ ਬਿਨਾਂ ਇੱਧਰ ਇੱਕ ਹੋਰ ਵੈਡ ਜਿਹੜੀ ਤਾਜ਼ੀ ਸੂਈ ਵੀ ਹੈ। ਸੋ ਨਾਗ ਟੋਟਲ 3, ਦੋ ਸੂਈਆਂ ਸਵਾਈਆਂ ਅਤੇ ਇੱਕ ਗੱਬਣ ਜਰਸੀ ਹੈ। ਤੁਹਾਨੂੰ ਜਿਹੜੀ ਪਸੰਦ ਆਵੇ ਉਹਦੀ ਤਸੱਲੀ ਕਰ ਲਓ ਜੇ। ਪੰਜ ਗ੍ਰਾਈ ਖੁਰਦ ਪਿੰਡ, ਧੰਨਵਾਦ।